ਕਿੰਨੇ ਅਰਸੇ ਤੋਂ ਉਸ ਕੋਸਰ ਦੇ ਨਾਲ ਉਹਦੇ ਨਾਲ ਤਲਕ ਦੇ ਵਿੱਚ ਹਾਪਤੇ ਦੇ ਵਿੱਚ ਇਹ ਗੱਲ ਬੁੱਤ ਕੇਵਲ 4 ਸਾਲ ਦਾ ਤੁਹਾਡਾ ਪੁੱਤਰ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਉਸੇ ਉਹ ਫਸਿਆ ਸੀ ਉਹਦੇ ਨਾਲ ਉਹ ਆਪਣੇ ਹੱਸ ਪੂਰੀ ਕਰਦੀ ਸੀ ਤੁਹਾਨੂੰ ਕਿੰਨੇ ਦੱਸਿਆ ਸੀ ਕਿ ਉਹ ਚੱਕਲਾ ਚਲਾ ਅਧਰਾਨ ਨੇ ਦੱਸਿਆ 4 ਸਾਲ ਤੋਂ ਜ਼ਿਆਸੀ ਹੋਣੀ ਉਹਦੋਂ ਨਹੀਂ ਬੋਲੀ ਜਦੋਂ ਜ਼ਿਆਸੀ ਕਰਦਾ ਆ ਰਿਹਾ ਸੀ 4 ਸਾਲ ਤੋਂ ਹੋਣਾ ਕਿ ਜ਼ਿਆਸੀ ਨਿਕਲੀ ਬਾਹਰ ਪੁਲਿਸ ਬਗੈਰ ਮੁੰਡਿਆਂ ਨੂੰ ਫੜਨੇ ਚਾਹੇ ਇਹਨਾਂ ਨੂੰ ਫੜੋ ਮਸ਼ੀਨਰੀ ਨਹੀਂ ਫੜੋ ਉਹ ਗੁਜਰ ਮਕੈਨਿਕ ਨੇ ਨਾ ਉਹਨਾਂ ਨੂੰ ਛੱਡੋ ਡਰਾਈਵਰ ਜਿਹੜੇ ਨੇ السلام علیکم ناظرین میں ہوں اے ڈی ملک اور میں اس وقت آباد میں موجود ہوں یہاں ایک خاتون جس کا نام کوسر ہے کوسر نے تقریباً چار شادیاں کی اور جب ان چار مردوں سے اس کی حوث پوری نہ ہوئی تو ایک ایک کر کے ان چاروں مردوں سے اس نے طلاق لے لی پھر اس کے بعد اس نے ایک اپنا کاروبار بنا لیا جسے چکلا کہتے ہیں اسی دوران ایک نوجوان جس کا نام ادنان ہے اس کی عمر تقریباً بیس سال ہے اس کو وہ خاتون اپنے جھانسے میں لے کر آتی ہے اور اس کے ساتھ مزید تقریباً چار سال سے اپنی حوث پوری کرتی ہے جب اس کا اس شخص کے ساتھ ادنان کے ساتھ بھی دل بھر جاتا ہے تو ادنان کو بلیک میل کرنے کے لیے اس کے خلاف ریپ کی ایف آئی آر کرواتی ہے اور اس کو حوالات میں بند کروا دیتی میرے ساتھ عدنان کے والد موجود ہیں ان سے جانتے ہیں کہ وہ خاتون جس نے آپ کے بیٹے کو حوالات کی سلاخوں کے پیچھے بند کروا دیا وہ خاتون اب کہاں ہے کس طرح اس خاتون کے جھانسے میں آپ کا بیٹا آیا اور اپنی زندگی برباد کر بیٹھا انکل جی مجھے بتائیں کہ عدنان کتنے عرصے تو اس کوسر دے نال اودے نال تعلق دے وچ رابطے دے وچ گیا تھا تقریبا 4 سال دا اوتے ہو سکدا کٹ نہیں 4 ਸਾਲਾਂ ਤੋਂ ਉਹਦੇ ਨਾਲ ਐ ਤਲਾਕ ਸੀ ਅੰਤਰਲਕ ਸੀ ਉਹਦੀ ਦੁਕਾਨ ਤੇ ਆਂਦੇ ਸੀ ਲੰਘਦੀ ਟੱਪਦੀ ਹੈਲੋ ਹਵਾਏ ਕਰਨੀ ਕੋਈ ਸੌਦਾ ਵੀ ਉਹਦੀ ਦੁਕਾਨ ਤੋਂ ਆਧਾਰ ਲਵਾਤਾ ਉਹਨੇ ਇਹ ਤੋਂ ਲੈ ਫਿਰ ਪੈਸੇ ਦੇਣ ਲੱਗ ਪਿਆ ਓਲੀ ਓਲੀ ਨੂੰ ਰਫਾ ਲਿਆ ਆਪਣੇ ਸ਼ਕੰਜੇਸ ਲੈ ਲਿਆ ਇਹ ਕੋਸਰ ਨੇ ਤੁਸੀਂ ਦੱਸਿਆ ਕਿ 4 ਸ਼ਾਦੀਆਂ ਕੀਤੀਆਂ ਨੇ ਤੇ ਉਹ ਕਿੱਥੇ ਗਈਆਂ ਸ਼ਾਦੀਆਂ ਛੱਡ ਦਿੱਤੀਆਂ ਆਉਣਗੇ ਉਹਨੇ ਤਲਾਕ ਲੈ ਲੈਣਾ ਉਹਨਾਂ ਕੋਲੋਂ ਨਵਾਂ ਬੰਦਾ ਲੱਭ ਲਿਆ ਕੇ ਉਹਨੂੰ ਛੱਡ ਦਿੱਤਾ ਯਾਨੀ ਕਿ ਇੱਕ ਬੰਦੇ ਨੂੰ ਛੜਦੀ ਸੀ ਫਿਰ ਦੂਸਰੇ ਨੂੰ ਪਸਾ ਲੈਂਦੇ ਸੀ ਬੰਦਾ ਕਹਿੰਦਾ ਕਿ ਪਾਕਿਸਤਾਨ ਚ ਮੁਸਲਮਾਨਾਂ ਦੇ ਕਿਹੜੀ ਕਿਹੜੀ ਨਸਲ ਹੈ ਸੱਚੀ ਉਹ ਗੈਰ ਮੁਸਲਮ ਹੈਗੀ ਸੀ ਉਹ ਗੈਰ ਮੁਸਲਮ ਹੈ ਤੇ ਤੁਹਾਡੇ ਬੇਟੇ ਨੂੰ ਉਹਨੇ ਕਿਸ ਤਰ੍ਹਾਂ ਆਪਣੇ ਜਾਂਸੇ ਦੇ ਚ ਲਿਆਂਦਾ ਬਾਜ਼ਾਰ ਦੇ ਵਿੱਚ ਉਹ ਦੁਕਾਨ ਹੈ ਉਹਦੀ ਉੱਥੇ ਬੈਠਾ ਰਹਿੰਦਾ ਤੇ ਉਹ ਲੰਗ ਦੀ ਟੱਪ ਦੇ ਲੰਗ ਦੀ ਟੱਪ ਦੀ ਅੱਖਾਂ ਗਰਮ ਕਰਕੇ ਤੋਨੂੰ ਕਿਰੇ ਜਿਹੜਾ ਬੱਚਾ ਹੈਗਾ ਸੀ ਉਹਨੂੰ ਪਤਾ ਨਹੀਂ ਸੀ ਇਹਨਾਂ ਚੱਕਣਾ ਚ ਉਹਨੂੰ ਲੈ ਕੇ ਚਲੀ ਗਈ ਨਾਲ ਆਪਣੇ ਘਰ ਹੀ ਉਹਨੂੰ ਰੱਖ ਛੱਡਿਆ ਫਿਰ ਸਾਡੇ ਕੋਲੋਂ ਉਹਨੂੰ ਖਤਮ ਕਰਦਾ سلسلہ ਅੱਛਾ ਤੁਹਾਡੇ ਬੇਟੇ ਨੇ ਤੁਹਾਡੇ ਨਾਲ ਰਾਬਤਾ ਖਤਮ ਕਰਕੇ ਉਹਦੇ ਨਾਲ ਚਲਾ ਗਿਆ ਉਹਦੇ ਉਹਦੇ ਘਰ ਹੀ 4 ਸਾਲ ਤੋਂ ਰਹਿ ਰਿਹਾ ਤੇ ਤੁਸੀਂ ਆਪਣੇ ਪੁੱਤਰ ਨੂੰ ਪੁੱਛਿਆ ਨਹੀਂ ਬੜਾ ਪੁੱਛਿਆ ਜੀ ਧਾ ਘਾਟੜੀ ਪੁੱਛ-ਪੁੱਛ ਕੇ ਸੀ ਮਾਰੇ ਹਨ ਮੈਂ ਇਥੇ ਲਾਇਆ ਸੀ ਇੱਕ ਦਵਾ ਰਾਤ ਨੂੰ ਮੈਂ ਕਿਹਾ ਹਰੇ ਪੈਪ ਦੇ ਨਾਲ ਕੁੱਟਿਆ ਦੋਵਾਂ ਨੂੰ ਚੰਗਾ ਮਨ ਮੰਨ ਜਾਤ ਨਾ ਸਕਿਆ ਉਹ ਕੀ ਖਵਾਉਂਦੀ ਸੀ ਜਿਹੜਾ ਉਹਦੇ ਇਸ਼ਕ ਦੇ ਵਿੱਚ ਇੰਨਾ پاگل ਹੋ ਗਿਆ ਕੋਈ ਗੋਲੀਆਂ ਖਵਾਉਂਦੀ ਹੋਈ ਕੋਈ ਤਵੀਤ ਆ ਕੇ ਕਰ ਲਿਓਗੀ ਉਹਦਾ ਕੋਈ ਚਾਚਾ ਹੈ ਉਹ ਕਾਲਾ ਇਲਮ ਕਰਦਾ ਹੈ ਸਾਈ ਅੱਛਾ ਉਹ ਉਹਨੇ ਆਪਣੇ ਸਕੰਦਰ ਕੀਤਾ ਉਹਨੇ ਅਸੀਂ ਬੜੇ ਪਰੇਸ਼ਾਨ ਹੋ ਗਏ ਹੁਣ ਛੱਡ ਗਿਆ ਸੀ ਸਾਨੂੰ ਉਹ ਹੋਨ ਰੋਂਦਾ ਆਂਦਾ ਮਨਜੀਤ ਤੇ ਬੜੇ ਯਾਦ ਆ ਬੂ ਤੁਸੀਂ ਆਉਂਦੇ ਸੀ ਜੀ ਈ ਤੇ ਵੀ ਨਹੀਂ ਸੀ ਆਉਂਦੀ ਦਿਨ ਦੇਾਰ ਕੋਈ ਨਹੀਂ ਸੀ ਆਉਂਦਿੰਦੀ ਤੇ ਤੁਹਾਡਾ ਪੁੱਤਰ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਏ ਉਸੇ ਉਹ ਫਸਿਆ ਸੀ ਉਹਦੇ ਨਾਲ ਉਹ ਆਪਣੇ ਹੱਸ ਪੂਰੀ ਕਰਦੀ ਸੀ ਇਹਦੇ ਕੋਲੋਂ ਯੰਗ ਬੱਚਾ ਸੀ ਜਿਹਨੂੰ ਚੂਸਾ ਕਹਿੰਦੇ ਆ ਚੂਸਾ ਟਾਈਪ ਆਫ ਦਾ ਬੜੀ ਤਾਕਤ ਵਾਲਾ ਹੁੰਦਾ ਇਹਨੂੰ ਆਪਣੇ ਇਸਤੇਮਾਲ ਕਰਦੀ ਰਹੀ ਏ ਹੁਣ ਉਹਨੂੰ ਕਹਿੰਦੀ ਮੈਂ ਨਾਲ ਨਿਕਾਹ ਕਰ ਉਹ ਆਂਦਾ ਆਪਣੀ ਬੱਚੀ ਨੂੰ ਪਹਿਲਾਂ ਵਿਆਹ ਲਾ ਉਹਦੀ ਬੇਟੀ ਇੱਕ ਜਵਾਨ ਏ ਅੱਛਾ ਜਿਹਦੇ ਵਾਸਤੇ ਵੀ ਉਹਦੇ ਘਰ 'ਚ ਬੰਦੇ ਆਉਂਦੇ ਨੇ ਲੜਕੇ ਆਉਂਦੇ ਨੇ ਯੰਗ ਲੜਕਿਆਂ ਦੀ ਕਾਰਜਾਂ ਦੇ ਮੁੰਡੇ ਮੇਰੀ ਧੀ ਸਟੂਡੈਂਟ ਐ ਮੈਂ ਕਾਦੀ ਸਟੂਡੈਂਟ ਐ ਇੱਕ ਕਾਦੀ ਸਟੂਡੈਂਟ ਤੇਰੀ ਧੀ ਉਹਦੇ ਕੋਲ ਆਉਂਦੇ ਨੇ ਉਹ ਵੜਾਈ ਵਾਸਤੇ ਉਹ ਕੀ ਕੰਮ ਕਰਦੀਗੀ ਕੌਣ ਕੋਸਰ ਇਹੋ ਹੀ ਕੰਮ ਕਰਦੀ ਛਕਲਾ ਚਲਾਉਂਦੀ ਛਕਲਾ ਚਲਾਉਣ ਦੀ ਕਮਾਈ ਖਾਂਦੀ ਐ ਇਹ ਪੂਰੇ ਸਾਡਾ ਬੇਟਾ ਦਰਾਂ ਉਹਦੇ ਪੂਰਾ ਖਰਚਾ ਚਲਾ ਰਿਹਾ ਸੀ ਕਰਦਾ ਪੂਰਾ ਖਰਚਾ ਇਹਦੇ ਉੱਤੇ ਸੀ ਉਹ ਕੋਸਰ ਜਿਹੜੀ ਆਪਣੇ ਘਰ ਦੇ ਵਿੱਚ ਹੋਰ ਵੀ ਕੁੜੀਆਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਕੰਮ ਕਰਦੀ ਹੋएगी ਹੁਣ ਇੰਨਾ ਨਹੀਂ ਸਾਨੂੰ ਪਤਾ ਹੋਰ ਸਾਦੀ ਹੋਵੇ ਅਸੀਂ ਜਿੰਨਾ ਪਤਾ ਉਹਨਾਂ ਦਾ ਨਾ ਗੱਲ ਕਰੀ ਤੁਹਾਨੂੰ ਕਿੰਨੇ ਦੱਸਿਆ ਸੀ ਕਿ ਉਹ ਚਕਲਾ ਚਲਾਉਂਦੀ ਹੈ ਅਦਰਾਨ ਨੇ ਦੱਸਿਆ ਅੱਛਾ ਦਰਾਨ ਨੇ ਦੱਸਿਆ ਦਰਾਨ ਦਾ ਦੱਸਿਆ ਹੁਣ ਆ ਕੇ ਕਪੂ ਜੀ ਦੀ ਧੀ ਵੀ ਜਵਾਨ ਹੈ ਤੋ ਉਹ ਬੰਦੇ ਆਂਦੇ ਨੇ ਇਸਰੇ ਇਸਰੇ ਅਸੀਂ ਵੀ ਸਮਝ ਗਏ ਕੋਈ ਇੱਕ ਚਕਲਾ ਟਾਇਪ ਬਣਾਇਆ ਉਹਨੇ ਤੇ ਅਸੀਂ ਪੂਰਾ ਕੱਲ ਸਾਨੂੰ ਉਹਨਾਂ ਇਨਸਪੈਕਟਰ ਸਾਹਿਬ ਨੇ ਉਹਨਾਂ ਦਾ ਕਯੂਮ ਸਾਹਿਬ ਨੇ ਨਸਤੇ ਥਾਣੇ 'ਚ ਉਹਨਾਂ ਕਹਿੰਿਆ ਉਹ ਔਰਤ ਨੂੰ ਲੱਭੋ ਕਿਤੇ ਉਹਨੂੰ ਪੇਸ਼ ਕਰੋ ਉਹਨੂੰ ਸਿੱਲਬਲਾਵ ਖਾਪ ਗਿਆ ਸਾਨੂੰ ਕਿਸੇ ਦੱਸਿਆ ਨੋਦਾ ਤੇ ਅਦਨਾਨ ਤੇ ਉਹਨੇ ਕਿਉਂ ਪਰਚਾ ਕਰਵਾਇਆ ਅਦਨਾਨ ਦੇ ਪਰਚਾਇ ਕਰਾਇ ਕੋਈ ਸ਼ਾਦੀ ਕਰਾਉਣਾ ਚਾਹੁੰਦਾ ਕਰਾਉਣਾ ਚਾਹੁੰਦੀ ਹੁਣ ਉਹਦੇ ਨਨ ਕਾ ਪੜਾ ਅੱਛਾ ਉਹ ਆਂਦਾ ਮੈਂ ਨਨ ਕਾ ਨਹੀਂ ਪੜਾਉਣਾ ਪਹਿਲਾਂ ਆਪਣੀ ਲੜਕੀ ਫਾਰਕ ਕਰ ਲੜਕੀ ਜਿਹੜੀ ਇਹਨੂੰ ਵਿਆਹ ਦੇ ਤੇ ਮੈਂ ਫੇਰ ਤੇ ਨਾਲ ਰਹਿ ਸਕਨ ਵਾਸਤੇ ਮੈਂ ਨਹੀਂ ਰਹਿ ਸਕਦਾ ਇੰਨਾ ਵੀ ਬਗਾਵਤ ਨਹੀਂ ਕਰ ਤੂੰ ਬੰਦੇ ਕਰ ਲਿਆਵੇਂ ਤੇ ਮੈਂ ਮੋਛਾ ਵਧਾ ਕੇ ਬੈਠਾ ਹਾਂ ਤੇ ਅੰਕਲ ਜੀ ਉਹਦੇ ਚ ਤੇ ਪਰਚੇ ਦੇ ਚ ਤੇ ਲਿਖਿਆ ਕਿ ਇਹਨੇ ਮੇਰੇ ਨਾਲ ਜ਼ਿਆਤੀ ਕੀਤੀ ਹੈ ਉਹ 4 ਸਾਲ ਤੋਂ ਜ਼ਿਆਸੀ ਹੋਣੀ ਉਦੋਂ ਨਹੀਂ ਬੋਲੀ ਜਦੋਂ ਜ਼ਿਆਸੀ ਕਰਦਾ ਆ ਰਿਹਾ ਸੀ 4 ਸਾਲ ਤੋਂ ਹੋਣਾ ਕਿ ਜ਼ਿਆਸੀ ਨਿਕਲੀ ਬਾਹਰ ਉਦੋਂ ਆਪਣੀ ਮਰਜ਼ੀ ਨਾਲ ਕਰਵਾਉਂਦੀ ਸੀ ਆਪਣੀ ਮਰਜ਼ੀ ਨਾਲ ਕਰਾਉਂਦੀ ਸੀ ਤੇ ਪਤਾ ਨਹੀਂ ਕਿਹਦੇ ਕੋਲ ਕਰਾਉਂਦੀ ਇਹ ਚਸਕਾ ਹੂੰ ਇਹਦੇ ਨਹੀਂ ਜ਼ਰੂਰੀ ਇਹਨਾਂ ਤਰ੍ਹਾਂ ਦਾ ਹੀ ਹੈਗਾ ਪਤਾ ਨਹੀਂ ਕਿਦਾ 2 ਸਾਲ ਪਹਿਲੇ ਉਹਨੇ ਕਿਹਾ ਸੀ ਠੀਕ ਕਿ ਮੈਂ ਮੇਰੇ ਪੇਟ 'ਚ ਬੱਚਾ ਹੋ ਗਿਆ ਹੁਣ ਵੀ ਉਹਨੇ ਇਹੀ ਕਿਹਾ ਉਹਨੇ ਕਿਹਾ ਹੁਣ ਥਾਣੇ ਜਾ ਕੇ ਮਨ ਕਹਿੰਦਾ ਹਾਂ ਜੀ ਇਹਦਾ ਕੀ ਕਰਨਾ ਮੈਂ ਵੇਖਣੇ ਬਾਹਰ ਆਉਂਦਾ ਤੇ ਨਹੀਂ ਉਹ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਜੀ ਉਹ ਉਹਦੇ ਪੇਟ ਦੇ 'ਚ ਬੱਚਾ ਨਹੀਂ 2 ਸਾਲ ਪਹਿਲਾਂ ਵੀ ਉਹਨੇ ਇਹੀ ਲਫ਼ਾਜ਼ ਬੋਲੇ ਸੀ ਮੈਂ ਅੱਜ ਠਾਣੇ ਚੋਂ ਪੁੱਛਿਆ ਮਾ ਉਹ ਪਹਿਲਾ ਕਿੱਥੇ ਹੀ ਤੁਸੀਂ ਉਹਨੂੰ ਕਹਿੰਦੇ ਹੋ ਅਲਟਰਾਸਾਉਂਡ ਕਰਵਾ ਕੇ ਲਿਆ ਔਰ ਮੈਂ ਕਿਹਾ ਪਹਿਲਾ ਬੱਚਾ ਕਿੱਥੇ ਉਹ ਸਾਨੂੰ ਵਾਫਰਾ ਜਰੋਂ ਤੇ 2 ਸਾਲ ਹੋ ਗਏ ਮਾਸ਼ਾਅੱਲ ਭਜਾ ਫਿਰਦਾ ਹੋਣਾ ਅੱਛਾ 2 ਸਾਲ ਪਹਿਲੇ ਵੀ ਉਹਨੇ ਇਹੀ ਡਰਾਮਾ ਚਾਇਆ ਡਰਾਮਾ ਚ ਆਇਆ ਤੋਂ ਚੁੱਪ ਹੋ ਗਈ ਫੇਰ ਬੋਲੀ ਨਹੀਂ ਮੈਂ ਮੈਂ ਤੈਨੂੰ ਸ਼ਰੀਰ ਦਾਤਾ ਚ ਲੈ ਕੇ ਜਾਣਾ ਜੇ ਤੈਨੂੰ ਕੋੜੇ ਵੱਜਨੇ ਨੇ ਤੈਨੂੰ ਪਤਾ ਲੱਗ ਜਾ ਕੇ ਮੈਂ ਕਿੱਥੇ ਜਾਇਂ ਮੁਸਲਮਾਨ ਕਿਸ ਨਾ ਦੇ ਨੇ ਜਦੋਂ ਉਹਨੇ ਆਪਣੀ ਮਰਜ਼ੀ ਦੇ ਨਾਲ ਸਾਰਾ ਆਪਣਾ ਕੁਝ ਕਰਵਾਇਆ ਜ਼ਿਆਤੀ ਕਰਵਾਉਂਦੀ ਤੇ ਹੁਣ ਆ ਕੇ ਐਨੇ ਉਹਦੇ ਤੇ ਪਰਚਾ ਕਰਵਾ ਕੇ ਉਹ ਚਾਂਦੀ ਕੀ ਹੈ ਉਹ ਕੋ ਬਲੈਕਮੇਲ ਕਰਨਾ ਚਾਹੁੰਦੀ ਫਿਰ ਕੋ ਪੈਸੇ ਮੰਗਦਾਂ ਚਾਹੁੰਦੀ ਸਾਰੇ ਕੋਈ ਕੁਛ ਨਾ ਕੋਈ ਕਰੇਗੀ ਵਕੀ ਦੇ ਸਹੀ ਨਾ ਹੂੰ ਬੇਟੇ ਮੇਰੇ 4 ਸਾਲ ਤੋਂ ਕਮਾਈ ਉਹਨੂੰ ਦਿੱਤੀ ਏ ਉਹਨੂੰ ਕਿਸ਼ਤਾਂ ਤੋਂ ਸਮਾਨ ਲੈ ਕੇ ਦਿੰਦਾ ਫਿਰਦਾ ਫਿਰ ਉਹਦੇ ਕੋਲ ਹੁਣ ਕੀ ਬਚਿਆ ਜਿਹੜਾ ਉਹਦੇ ਮਗਰ ਪਈ ਕੁਛ ਵੀ ਨਹੀਂ ਹੈਗਾ ਦੇਖੋ ਖਾਲੀ ਹੋਇਆ ਪਿਆ ਉਹਦੀ ਹਾਵਸ ਵੀ ਉਹਦੇ ਕੋਲ ਉਹਨੇ ਪੂਰੀ ਕਰਵਾ ਲਈ ਆਪਣੀ ਸਾਰਾ ਕੁਝ ਲੈ ਲਿਆ ਹੁਣ ਦੂ ਅੰਦਰ ਵੀ ਕਰਵਾ ਰਿਹਾ ਅੰਦਰ ਰੋਗੇ ਉੱਡਕਣਾ ਜਾਏ ਤੋਤਾ ਨਾ ਬਾਹਰ ਉੱਡ ਜਾ ਕੇ ਤੇ ਫੇਰ ਕਰਨੇ ਤੇ ਫੜ ਲਾ ਫੇਰ ਕੱਟ ਕੇ ਲਾਇਆ ਘਰ ਤੇ ਤੁਹਾਡਾ ਉਹਦੇ ਨਾਲ ਕੋਸਰ ਦੇ ਨਾਲ رابطہ ਆਇਆ ਨਹੀਂ ਅਸੀਂ ਨਹੀਂ ਕੀਤਾ ਰਾਬਤਾ ਜੀ ਅਸੀਂ ਸਿਰਫ ਉਹਨੂੰ ਪੁੱਛਣ ਗਏ ਆ ਉਹਦੇ ਘਰ ਦੋ ਦਿਨਾਂ ਐਡਰੈਸਾਂ ਦੇ ਉਹ ਸਾਨੂੰ ਮਿਲੀ ਨਹੀਂ ਗਏ ਤੇ ਇੱਥੇ ਜੋ ਨਵਾਂ ਬਦੋ ਆਪਣੇ ਘਰ ਰਹਿੰਦੀ ਸੀ ਕਿ ਕਿਰਾਏ ਦੀ ਸੀ ਕਿਰਾਇਆ ਹੁੰਦਾ ਇਥੋਂ ਇਧਰ ਚਲੀ ਉਧਰ ਉਧਰ ਚਲੀ ਗਈ ਉਹਦਾ ਮਾਪੇ ਜਿਹੜਾ ਆਸਫ ਟਾਊਨ ਚ ਰਹਿੰਦਾ ਅੱਛਾ ਹਾਂ ਜੀ ਉਹਨਾਂ ਨੂੰ ਸਾਨੂੰ ਨਹੀਂ ਪਤਾ ਕਿਤੇ ਇਹਨਾਂ ਦੇ ਕੀ ਨਾਂ ਹੈ ਉਹਨਾਂ ਦਾ ਨਾਂ ਨਾ ਦੇ ਨਹੀਂ ਤੇ ਪੁਲਿਸ ਨੇ ਤੁਹਾਨੂੰ ਬੁਲਾਇਆ ਤੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਆਦੀ ਉਹਨੂੰ ਲੱਭ ਕੇ ਲਿਆਓ ਜੀ ਅਸੀਂ ਕਿੱਥੋਂ ਲੱਭੀਏ ਉਹਨੂੰ ਤੁਸੀਂ ਲੱਭੋ ਪਰ ਜਦੋਂ ਤੁਹਾਨੂੰ ਦੇਖ ਕੇ ਗਈ ਇਹ ਰਿਪੋਰਟ ਦਿੱਤੀ ਤੁਸੀਂ ਲੱਭੋਂ ਨੂੰ ਲੇਕਿਨ ਉਹ ਥਾਣੇ ਆਈ ਏ ਨਸ਼ੇ ਦਾ ਥਾਣੇ ਗਈ ਤੁਹਾਨੂੰ ਪਤਾ ਲੱਗਾ ਨਾ ਕਿ ਉਹ ਉਧਰ ਚਲੇ ਗਏ ਨੇ ਤੇ ਜਦੋਂ ਉੱਥੇ ਚਲਾ ਗਈ ਸੀ ਤੇ ਉੱਥੇ ਬਿਠਾ ਲੈਂਦੇ ਉਹਨੂੰ ਬਿਠਾ ਲੈਂਦੇ ਉਹਨੂੰ ਲੇਕਿਨ ਪਤਾ ਨਹੀਂ ਉਹਨਾਂ ਪੁਲਿਸ ਕੀ ਚਾਹੁੰਦੀ ਪਈ ਹੈ ਹੂੰ ਉਹ ਤੁਹਾਡੇ ਕੋਲ ਪੈਸੇ ਚਾਹੇ ਵੀ ਮੰਗਦੀ ਪਈ ਨਹੀਂ ਮੇਰੇ ਕੋਲ ਕੋਈ ਪੈਸਾ ਕਿਸੇ ਨੇ ਨਹੀਂ ਮੰਗਿਆ ਲਾਈ ਲਾਈ ਲਾ ਮਾਮਦਰ ਸੋਲਾ ਮੈਨੂੰ 1 ਰੁਪਏ ਦੇ ਕਿਸੇ ਨੇ ਆਫਰ ਨਹੀਂ ਕੀਤੀ ਕਿਸੇ ਬਸ ਉਹ ਕਹਿੰਦੇ ਉਹਨੂੰ ਲੱਭੋ ਉਹਨੂੰ ਲੱਭੋ ਅਸੀਂ ਉਹਨੂੰ ਲਾਭ ਲਾਭ ਖਾ ਕੇ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਪਿੱਛ ਤੇ ਫਿਰ ਤੁਸੀਂ ਕੀ ਕਰੋਗੇ ਆਪਣੇ ਬੇਟੇ ਨੂੰ ਸਮਝਾਓਗੇ ਕਿ ਛੱਡ ਦੇ ਇਸ ਗੰਦੀ ਔਰਤ ਨੂੰ ਜ਼ਾਹਰ ਉਹਨਾਂ ਕਹਿੰਦਾ ਛੱਡ ਦੇ ਕਿਉਂ ਕਹਿੰਦੇ ਹੁਣ ਵੀ ਕਾਂਗੇ ਛੱਡ ਦੇ ਇਹਨੂੰ ਛੱਡ ਦੇ ਨੂੰ ਖਤਮ ਹੋ ਜਾਦੇ ਪੁੱਤਰ ਤਾਂ ਛੱਡ ਦੇਗਾ ਉਹਨੂੰ ਉਮੀਦ ਨਹੀਂ ਅੱਛਾ ਉਮੀਦ ਨਹੀਂ ਇੰਨਾ ਪਿਆਰ ਕਰਦਾ ਇੰਨਾ ਇਸ਼ਕ ਕਰਦਾ ਉਹਦੇ ਨਾਲ ਉਹ ਵੀ ਇਸ਼ਕ ਕਰਦੀ ਉਹਦੇ ਨਾਲ ਹੁਣ ਮੋਟਰਸਾਈਕਲ ਤੇ ਲੈ ਗਿਆ ਕਰੋ ਇੱਕ ਛੋਟੇ ਵੱਡੇ ਭਾਈ ਦੀ ਉਹਦੇ ਲੈ ਕੇ ਸਾਰੀ ਦਿਨ ਫਿਰਦਾ ਰਹਿੰਦਾ ਕਦੀ ਇਹ ਮਰਮਿਆਂ ਬਾਅਦ ਚਲਾ ਗਿਆ ਜੀ ਪਤਾ ਨਹੀਂ ਉਹ ਕਿੱਥੇ ਜੇ ਉਥੇ ਗਾਇਰ ਨਹੀਂ ਕਿ ਦੇ ਇਧਰ ਕਸੂਰ ਚਲੇਗਾ ਕਿ ਦੂਦਰ ਚਲੇਗਾ ਉਹ ਲੈ ਕੇ ਨੂੰ ਫੇਰਦੀ ਰਹਿੰਦੀ ਫੇਰਦੀ ਰਹਿੰਦੀ ਹੈ ਉਹਦੇ ਰਿਸ਼ਤੇਦਾਰ ਜਿੱਥੇ ਜਿੱਥੇ ਰਹਿੰਦੇ ਉਥੇ ਲੈ ਜਾਂਦੀ ਉਹਨਾਂ ਨਾਲ ਖੂਬ ਮਜ਼ੇ ਕਰਦੀ ਹੈ ਸਹੀ ਖੁਸ਼ ਦਿਲ ਖੁਸ਼ ਹੰਡੀ ਐਸ਼ ਕਰੈ ਨੀ ਲੰਡਨ ਮਨਾਇਆ ਉਹਨੇ ਹੂੰ ਹਾਂਜੀ ਤੇ ਕੀ ਆਖੋਗੇ ਜਿਹੜੀਆਂ ਇਹੋ ਜਿਹੀਆਂ ਔਰਤਾਂ ਇਹੋ ਜਿਹੇ ਬੱਚਿਆਂ ਨੂੰ ਫਸਾ ਲੈਂਦੀਆਂ ਆਪਣੇ ਚਾਂਸੇ ਦੇ ਚ ਇਹ ਨਾ ਔਰਤਾਂ ਦਾ ਖਾਣਾ ਖਰਾਬ ਹੋਵੇ ਇਹਨਾਂ ਨੂੰ ਫੜੋ ਪੁਲਿਸ ਬਗੈਰ ਮੁੰਡਿਆਂ ਨੂੰ ਫੜਨੇ بجائے ਇਹਨਾਂ ਨੂੰ ਫੜੋ ਮਸ਼ੀਨਰੀ ਨੂੰ ਫੜੋ ਹਾਂਜੀ ਜਿਹੜੀ ਮਸ਼ੀਨ ਗੰਦੀ ਹੈ ਨਾ ਉਹਨੂੰ ਬੰਦ ਕਰੋ ਉਹ ਗੁਜਰ ਮਕੈਨਿਕ ਨੇ ਨਾ ਉਹਨ جی بالکل جی انکل نے بڑی خوبصورت بات کی ہے کہ ایسی گندی مشینوں کے خلاف کارروائی ہونی چاہیے کہ نہ ایسی گندی مشینیں معاشرے میں ہوں گی اور نہ ہی ان مشینوں کو استعمال کرنے والے جو ہمارے نوجوان ہیں جو ہماری نوجوان نسل ہے وہ تباہ ہونے سے بچے گی لیکن ہمارے معاشرے میں خاتون ایک مظلوم عورت ہے اور مظلومیت کی وہ ایک اعلیٰ مثال ہے اگر کوئی شخص کسی عورت کی بات نہ سنے تو بھی انسان جو ہے وہ ظالم ہے مرد ظالم ہے اور عورت اپنی مظلومیت اپنے ہر طرح کی گندی سے گندی عورت بھی اگر ہوگی نا تو وہ بھی اگر کسی اچھے انسان کے خلاف اگر ایک لفظ بھی بول دے گی نا تو اس کی ہمیشہ کے لیے زندگی تباہ ہو جائے گی یہ بزرگ ہیں ہارٹ کے پیشنٹ ہے اور بیٹا ان کا اس گندی عورت کے جانسے میں پھنسا ہوا ہے جس نے تقریباً چار سال اس نوجوان سے اپنے مزے پورے کیے سارا کچھ لوٹا اس کا سب کچھ کھایا پیا اب اس سے جب اس نے کہا کہ تم اپنی بیٹی کو اس کی شادی کر لو جو, جو جوان بیٹی ہے تمہاری جس نے جس کی وجہ سے تمہارے گھر میں جو غیر مرد ہیں ان کا ان کی آمد و رفت بہت زیادہ ہے تو وہ آپ اس سے چھٹکارا حاصل کرو آپ اپنی بیٹی کو بیا دو پھر اس کے بعد میں آپ سے شادی کر لوں گی لیکن ایسی عورتیں ان کو نہ تو کسی کی عزت سے کوئی لینا دینا ہوتا ہے وہ اس سے پہلے بھی یہی ڈرامہ رچا چکی ہے اور آج پھر ایک مرتبہ دوبارہ اس نے وہی ڈرامہ رچایا کہ میرے پیٹ میں حمل ہو گیا میرے پیٹ میں ایک بچہ ہے اور یہ اسی شخص نے میرے ساتھ زیادتی کی ہے جس کے ساتھ وہ خوب مزے اڑاتی تھی کبھی کہیں تو کبھی کہیں اگر متعلقہ پولیس حکام بھی میری اس ویڈیو کو دیکھ رہے ہیں تو آپ سے گزارش ہے کہ ایسی عورتوں کی درخواست لینے سے پہلے مقدمہ درج کرنے سے پہلے ان کی انٹیروگیشن کر لیا کریں ایسا نہ ہو کہ یہ گندی عورتیں کسی کو اپنی جو ہے وہ مظلومیت دکھا کر ان کو بلیک میل کرنا چاہ رہی ہو تو آپ سے گزارش ہوگی کہ آپ ایسی عورتوں کے خلاف بھی کاروائی کریں اور جو اس طرح کے مقدمے درج کرواتی ہیں جو پولیس کو استعمال کرتی ہیں اور پھر اس کے بعد نکلتا کچھ بھی نہیں ہے اگلی ویڈیو میں آپ سے ملاقات ہوگی اسی کے ساتھ اجازت چاہوں گا عالانہ کے بعد